ਪੰਜਾਬ ਦੇ ਮੰਤਰੀਆਂ ਦੀ ਜਿਹੜੀ ਆ ਉਹ ਉਹਨੂੰ ਛੁੱਟੀ ਹੋਣ ਜਾ ਰਹੀ ਹੈ। ਪੰਜਾਬ ਦੇ ਵਿੱਚ ਕੁੱਲ ਜਿਹੜੇ ਮੰਤਰੀ ਮੰਡਲ ਦੀ ਜਿਹੜੀ ਜਗ੍ਹਾ ਉਹ 18। ਲਾਲਜੀਤ ਸਿੰਘ ਭੁੱਲਰ ਇੱਕ ਤਾਂ ਇਹ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜੇ, ਬਿਲਕੁਲ ਉੱਥੋਂ ਹਾਰ ਗਏ, ਵੀ ਇਹਨਾਂ ਦੀ ਗਲਤੀ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਮਾਫ਼ੀ ਮੰਗਣੀ ਪਈ। MLA ਬਣਿਆ ਫਿਰ ਉਹ ਮੰਤਰੀ ਬਣ, ਮੰਤਰੀ ਨੂੰ MLA ਨਹੀਂ ਬਣਾਇਆ ਜਾ ਸਕਦਾ ਦੁਬਾਰਾ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਜਿਹੜੀ ਖਬਰ ਆ ਰਹੀ ਹੈ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੰਤਰੀਆਂ ਦੀ ਜਿਹੜੀ ਆ ਉਹ ਉਹਨੂੰ ਛੁੱਟੀ ਹੋਣ ਜਾ ਰਹੀ ਹੈ। ਉਹ ਕਿਹੜੇ ਮੰਤਰੀ ਹੋਣਗੇ ਜਿਨ੍ਹਾਂ ਦੀ ਛੁੱਟੀ ਹੋਣ ਜਾ ਰਹੀ ਹੈ, ਨਵੇਂ ਕਿਹੜੇ ਮੰਤਰੀ ਹੋਣਗੇ, ਇਸ 'ਤੇ ਵੀ ਅਸੀਂ ਜਿਹੜੀ ਆ ਚਰਚਾ ਕਰਾਂਗੇ। ਬੋਲਦਾ ਪੰਜਾਬ 'ਚ ਉਹ ਕਿਹੜੇ ਚਿਹਰੇ ਹੋਣਗੇ ਜਿਨ੍ਹਾਂ ਨੂੰ ਜਿਹੜੀ ਹੈ ਨਵੀਂ ਜਿਹੜੀ ਆ ਥਾਂ ਕੈਬਨਿਟ ਦੇ ਵਿੱਚ ਮਿਲੇਗੀ। ਮੇਰੇ ਨਾਲ ਇਸ ਚਰਚਾ ਦੇ ਵਿੱਚ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ, ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਉਹ ਕਿਹੜੇ ਨਵੇਂ ਚਿਹਰੇ ਹੋਣਗੇ ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲੇਗੀ, ਥੋੜੀ ਜਾਣਕਾਰੀ ਸਾਂਝੀ ਕੀਤੀ ਜਾਵੇ। ਅਮਰਜੀਤ, ਇਹ ਆ ਵੀ ਪਹਿਲੀ ਗੱਲ ਤਾਂ ਚਿਹਰੇ ਹੋਣਗੇ ਕਿਹੜੇ, ਉਹਦੇ ਬਾਰੇ ਤਾਂ ਅਜੇ ਕੁਝ ਨਹੀਂ ਦੱਸ ਸਕਦਾ ਵੀ ਕੌਣ ਚਿਹਰੇ ਹੋਣਗੇ। ਗੱਲ ਕਰਾਂਗੇ ਉਸ 'ਤੇ ਵੀ ਕਿਹੜੇ ਕਿਹੜੇ ਚਿਹਰੇ ਹੋਣਗੇ, ਸੰਭਾਵਿਤ ਚਿਹਰੇ ਕਿਹੜੇ ਹੋ ਸਕਦੇ ਆ, ਪਰ ਵੱਡੀ ਗੱਲ ਇਹ ਹੈ, ਪਹਿਲੀ ਗੱਲ ਕਿ ਸੀਟਾਂ ਖਾਲੀ ਹੋਣਗੀਆਂ ਕਿਹੜੀਆਂ ਮੰਤਰੀ ਮੰਡਲ ਦੇ ਵਿੱਚ। ਪੰਜਾਬ ਦੇ ਵਿੱਚ ਕੁੱਲ ਜਿਹੜੇ ਮੰਤਰੀ ਮੰਡਲ ਦੀ ਜਿਹੜੀ ਜਗ੍ਹਾ ਉਹ 18, ਬਿਲਕੁਲ, ਤੇ ਇਸ ਸਮੇਂ 17 ਮੰਤਰੀ ਆ, ਇੱਕ ਜਗ੍ਹਾ ਤਾਂ ਉਹੀ ਖਾਲੀ ਹੈ, ਬਿਲਕੁਲ ਠੀਕ ਹੈ। ਦੂਜੀ ਜਗ੍ਹਾ ਜਿਹੜੀ ਖਾਲੀ ਹੈ ਉਹ ਗੁਰਮੀਤ ਸਿੰਘ ਮੀਥੇਆ, ਜਿਹੜੇ ਬਰਨਾਲਾ ਤੋਂ ਵਿਧਾਇਕ ਨੇ, ਪੰਜਾਬ ਦੇ ਕੈਬਨਿਟ ਮੰਤਰੀ ਨੇ, ਬਿਲਕੁਲ, ਤੇ ਸੰਗਰੂਰ ਲੋਕ ਸਭਾ ਤੋਂ ਉਹ ਮੈਂਬਰ ਪਾਰਲੀਮੈਂਟ ਬਣ ਗਏ, ਜਾਣ ਕੇ ਜਿੱਤ ਚੁੱਕੇ ਹੋ, ਜਿੱਤ ਚੁੱਕੇ। ਹੁਣ ਉਹ ਸੀਟ ਉਹ ਖਾਲੀ ਹੋ ਗਈ, ਉਹ ਜਦੋਂ ਅਸਤੀਫਾ ਦੇਤਾ ਉਹਨਾਂ ਨੇ ਤਾਂ ਉਹਨਾਂ ਦੀ ਵੀ ਮੰਤਰੀ ਮੰਡਲੀ ਜਿਹੜੀ ਜਗ੍ਹਾ ਉਹ ਖਾਲੀ ਹੋ ਗਈ। ਦੋ ਤਾਂ ਇਹ ਹੋ ਗਈਆਂ, ਬਿਲਕੁਲ। ਹੁਣ ਅਗਲੀ ਗੱਲ ਕਿ ਹੋਰ ਕਿਹੜੇ ਜਿਹੜੇ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੇ 2-3 ਅਜਿਹੇ ਮੰਤਰੀ ਆ ਜਿਨ੍ਹਾਂ ਤੋਂ ਅਸਤੀਫੇ ਲਏ ਜਾ ਸਕਦੇ ਨੇ ਜੀ। ਆਪਾਂ ਜ਼ਰੂਰੀ ਨਹੀਂ ਕਿ ਅਸਤੀਫੇ ਲਏ ਗਏ, ਲਏ ਜਾ ਸਕਦੇ ਨੇ, ਚਰਚਾਵਾਂ ਚੱਲ ਰਹੀਆਂ ਨੇ, ਚਰਚਾਵਾਂ ਚੱਲ ਰਹੀਆਂ ਨੇ। ਹੁਣ ਉਹਦੇ 'ਚ ਇਹ ਆ, ਇੱਕ ਤਾਂ ਜਿਹੜੀ ਸਿਆਸੀ ਗਲਿਆਰਿਆਂ ਦੀ ਚਰਚਾ ਉਹ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ, ਬਿਲਕੁਲ। ਲਾਲਜੀਤ ਸਿੰਘ ਭੁੱਲਰ ਇੱਕ ਤਾਂ ਇਹ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜੇ, ਬਿਲਕੁਲ, ਉੱਥੋਂ ਹਾਰ ਗਏ, ਬਿਲਕੁਲ। ਅਸਤੀਫਾ ਕਹਿੰਦੇ ਉਹਨਾਂ ਤੋਂ ਤਾਂ ਲਿਆ ਜਾ ਰਿਹਾ, ਲਿਆ ਜਾਣ ਦੀ ਸੰਭਾਵਨਾ ਕਿ ਉਹਨਾਂ ਨੇ ਇਲੈਕਸ਼ਨ ਦੌਰਾਨ ਇੱਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਟਿੱਪਣੀ ਕੀਤੀ ਸੀ, ਬਿਲਕੁਲ। ਤੇ ਪਾਰਟੀ ਇਹ ਗੱਲ ਮੰਨਦੀ ਆ ਵੀ ਜੇ ਉਹ ਟਿੱਪਣੀ ਨਾ ਕਰਦੇ ਤਾਂ ਸ਼ਾਇਦ ਉਹ ਸੀਟ ਕੱਢੀ ਜਾ ਸਕਦੀ ਸੀ, ਵੀ ਇਹਨਾਂ ਦੀ ਗਲਤੀ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਮਾਫ਼ੀ ਮੰਗਣੀ ਪਈ, ਪੂਰੀ ਪਾਰਟੀ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ, ਤੇ ਕਈ ਜਗ੍ਹਾ ਤੇ ਮਾਫ਼ੀ ਤਾਂ ਮੰਗਣੀ ਓ ਮੰਗਣੀ ਪਈ, ਕਈ ਜਗ੍ਹਾ ਤੇ ਸਰਕਾਰ ਦੇ ਪੁਤਲੇ ਵੀ ਸਾੜੇ ਗਏ ਤੇ ਵੱਡੇ ਪੱਧਰ ਤੇ ਵਿਰੋਧ ਵੀ ਹੋਇਆ ਚੋਣਾਂ, ਜਾਣੀ ਕਿ ਉਹ ਸ਼ਬਦਾਵਲੀ ਜਿਹੜੀ ਵਰਤੀ ਗਈ ਸੀ ਕਿ ਸਰਕਾਰ ਤੇ ਜਿਹੜੀ ਅੰਗੇਜ਼ਡ ਗਈ ਹੈ, ਤਾਂ ਕਿਤੇ ਕਿ ਸਰਕਾਰ ਨੂੰ ਲੱਗਿਆ ਵੀ ਜਿਹੜਾ ਇਸਨੇ ਜਿਹੜਾ ਸ਼ਬਦ ਬੋਲਿਆ ਸੀ ਸ਼ਾਇਦ ਭਾਈਚਾਰੇ ਦੇ ਖਿਲਾਫ਼ ਸੀ ਉਹ, ਤੇ ਸਾਨੂੰ ਜਿਹੜਾ ਉਸਦਾ ਖਮਿਆਜਾ ਭੁਗਤਣਾ ਪੈ ਰਿਹਾ, ਬਿਲਕੁਲ, ਭਾਈਚਾਰੇ ਨੂੰ ਖਮਿਆਜਾ ਭੁਗਤਣਾ ਪਿਆ, ਨਾਲ ਪਾਰਟੀ ਨੂੰ ਵੀ ਕਿਤੇ ਕਿਤੇ ਉਹਦਾ ਜਿਹੜਾ ਮੂੰਹ ਨੀਵਾਂ ਕਰਨਾ ਪਿਆ, ਉਹ ਬੋਲਣਾ ਪਿਆ ਸੀ ਚ, ਕਿਉਂਕਿ ਉਹਨਾਂ ਦੇ ਇੱਕ ਵਿਸ਼ੇਸ਼ ਭਾਈਚਾਰੇ। ਹੁਣ ਇਹ ਹੋ ਗਏ 3, ਬਿਲਕੁਲ। ਹੁਣ ਚੌਥਾ ਗੱਲ ਇਹ ਚੱਲ ਰਹੀ ਆ ਕਿ ਇੱਕ ਪੰਜਾਬ ਦੇ ਲੋਕਲ ਬਾਡੀ ਮੰਤਰੀ ਨੇ ਬਲਕਾਰ ਸਿੰਘ, ਬਿਲਕੁਲ, ਉਹਨਾਂ ਦਾ ਨਾਮ ਬੜਾ ਚਰਚਾ 'ਚ ਰਿਹਾ ਪਿੱਛੇ ਜੇ। ਬਿਕਰਮ ਮਜੀਠੀਆ ਨੇ ਇੱਕ ਬੰਦ ਲਿਫਾਫਾ CDB ਗਵਰਨਰ ਪੰਜਾਬ ਨੂੰ ਸੌਂਪੀ ਸੀ, ਤੇ ਚੋਣਾਂ 'ਚ ਵੀ ਵੱਡਾ ਮੁੱਦਾ ਬਣਿਆ ਸੀ, ਬਿਲਕੁਲ, ਕਿ ਕਈ ਵਾਰ ਉਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਉਹਨਾਂ ਦਾ ਨਾਮ ਇਲੈਕਸ਼ਨ ਦਰਮਿਆਨ, ਤੇ ਉਸ ਕਰਕੇ ਵੀ ਪਾਰਟੀ ਨੂੰ ਕਾਫ਼ੀ ਉਹਦਾ ਜਿਹੜਾ
ਸਿਆਸੀ ਨੁਕਸਾਨ ਆ ਚੱਲਣਾ ਪਿਆ। ਤੇ ਇਹ ਸਿਆਸੀ ਸੂਤਰ ਇਹ ਦੱਸਦੇ ਨੇ ਵੀ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦਾ ਵੀ ਨਾਮ ਆ ਜਿਹੜਾ ਜਿਹੜੀ ਅਸਤੀਫਿਆਂ ਵਾਲੀ ਲਿਸਟ ਆ ਉਹਦੇ ਚ ਸ਼ਾਇਦ ਆ ਜਾਵੇ। ਜਾਣਕਿ ਵਿਰੋਧੀਆਂ ਨੇ ਵੀ ਇਹ ਤੰਜ ਕੱਸਿਆ ਸੀ ਵੀ ਜਿਹੜੀ ਉਹ ਸੀ ਡੀ ਆ ਉਹਦੇ ਵਿੱਚ ਸ਼ਾਇਦ ਹੋ ਸਕਦਾ ਅਸਤੀਫਾ ਲਓ, ਵਿਰੋਧੀ ਕਹਿ ਰਹੇ ਸੀ ਅਸਤੀਫਾ ਲਓ ਬਲਕਾਰ ਸਿੰਘ, ਵਿਰੋਧੀਆਂ ਨੇ ਕਾਫੀ ਜਿਹੜੀ ਚਰਚਾ ਕੀਤੀ ਸੀ ਕਿ ਉਹ ਕਹਿੰਦੇ ਅਸਤੀਫਾ ਲਓ ਉਹਨਾਂ ਤੋਂ। ਠੀਕ ਹੈ, ਇਹ ਹੋ ਗਏ ਹੁਣ ਚਾਰ ਬਿਲਕੁਲ। ਤੇ ਜਿਹੜਾ ਪੰਜਵਾਂ ਨਾਮ ਚੱਲ ਰਿਹਾ ਪੰਜਵਾਂ ਲਾਲ ਚੰਦ ਕਟਾਰੂ ਚੱਕ, ਇੱਕ ਉਹਨਾਂ ਦਾ ਨਾਮ ਵੀ ਬੜਾ ਚਰਚਾ 'ਚ ਆਇਆ ਸੀਗਾ ਕਾਫੀ ਦੇਰ ਪਹਿਲਾਂ। ਤੇ ਉਦੋਂ ਕਿਤੇ ਨਾ ਕਿਤੇ ਚਲੋ ਇਨਕੁਆਇਰੀ ਕੀਤੀ, ਜਾਂਚ ਕੀਤੀ ਪਾਰਟੀ ਨੇ ਅੰਦਰੂਨੀ, ਤੇ ਕਾਫੀ ਦੇਰ ਲੰਬਾ ਸਮਾਂ ਜਿਹੜਾ ਹੈਗਾ ਪਾਰਟੀ ਨੂੰ ਰੋਜ਼ਾਨਾ ਵਾਂਗ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹ ਵੱਖ ਵੱਖ ਜਿਹੜੀਆਂ ਟਿੱਪਣੀਆਂ ਆਉਂਦੀਆਂ ਸੀ ਉਹਦਾ ਸਾਹਮਣਾ ਕਰਨਾ ਪਿਆ। ਤਾਂ ਚਲੋ ਅਸਤੀਫਾ ਨਹੀਂ ਲਿਆ, ਤਾਂ ਹੁਣ ਜਿਹੜੇ ਸਿਆਸੀ ਗਲਿਆਰੇ ਦੱਸ ਰਹੇ ਨੇ ਕਿ ਸ਼ਾਇਦ ਉਹਨਾਂ ਦਾ ਨਾਮ ਵੀ ਜਿਹੜੀ ਉਹ ਅਸਤੀਫਿਆਂ ਵਾਲੀ ਲਿਸਟ ਆ। ਹੁਣ ਕੁੱਲ ਮਿਲਾ ਕੇ ਇਹ ਗੱਲ ਹੈ ਕਿ ਜੇਕਰ ਦੇਖੋ ਦੋ ਤਾਂ ਪੱਕੀਆਂ ਹੀ ਆ, ਇੱਕ ਖਾਲੀ ਹੈ ਤੇ ਇੱਕ ਗੁਰਮੀਤ ਸਿੰਘ ਮੀਤ ਆ, ਦੋ ਉਹਦੇ ਤਾਂ ਖਾਲੀ ਹੈਗੇ ਨੇ, ਦੋ ਦਾ ਤੁਸੀਂ ਜ਼ਿਕਰ ਕਰ ਦਿੱਤਾ, ਤਿੰਨ ਦਾ ਜ਼ਿਕਰ ਕਰਤਾ ਆਪਾਂ, ਟੋਟਲ ਪੰਜ ਹੈ। ਜੇਕਰ ਇਹ ਸਾਰੇ ਹੋ ਜਾਂਦੇ ਆ ਤਾਂ ਪਰ ਪੰਜ ਮੰਤਰੀ ਨਵੇਂ ਬਣਨਗੇ। ਹੁਣ ਪੰਜ ਮੰਤਰੀ ਤੁਸੀਂ ਗੱਲ ਦਿੱਤੀ ਆ, ਤਾਂ ਫਿਰ ਨਵੇਂ ਜਿਹੜੇ ਚਿਹਰੇ ਕਿਹੜੇ ਹੋ ਸਕਦੇ ਨੇ, ਪੰਜਾਂ ਤੋਂ ਬਾਅਦ ਕਿਹਨੂੰ ਜਿਹੜਾ ਮੌਕਾ ਮਿਲ ਸਕਦਾ? ਅਮਰਜੀਤ, ਗੱਲ ਇਹ ਹੈ ਵੀ ਜਿਹੜੇ ਪੰਜ ਚਿਹਰੇ ਆ ਪੰਜਾਂ ਦੇ ਵਿੱਚੋਂ ਇਹ ਦੱਸਿਆ ਜਾ ਰਿਹਾ ਵੀ ਜੇਕਰ ਪੰਜ ਖਾਲੀ ਹੋ ਜਾਂਦੇ ਆ ਤਾਂ ਉਹਦੇ ਵਿੱਚੋਂ ਦੋ ਤਿੰਨ ਚਿਹਰੇ ਤਾਂ ਦੁਆਬਾ ਸਾਈਡ ਤੋਂ ਲੈ ਜਾ ਸਕਦੇ ਨੇ, ਤੇ ਇੱਕ ਜਾਂ ਦੋ ਮਾਲਵਾ ਸਾਈਡ ਤੋਂ, ਕਿਉਂਕਿ ਗੁਰਮੀਤ ਸਿੰਘ ਮੀਥੇਅਰ ਉਹ ਮਾਲਵਾ ਸਾਈਡ ਤੋਂ, ਤੇ ਜਿਹੜੇ ਲਾਲ ਚੰਦ ਕਟਾਰੂ ਚੱਕ ਤੇ ਆਪਣਾ ਲਾਲਜੀਤ ਸਿੰਘ ਭੁੱਲਰ ਤੇ ਉਸ ਤੋਂ ਬਾਅਦ ਬਲਕਾਰ ਸਿੰਘ, ਇਹ ਮਾਝਾ ਦੁਆਬਾ ਸਾਈਡ ਦੇ ਵੀ, ਇਸ ਕਰਕੇ ਜਿਹੜੀ ਨੁਮਾਇੰਦਗੀ ਹੈ ਉਹ ਉਹਨਾਂ ਦੇ ਇਲਾਕਿਆਂ ਨੂੰ ਦਿੱਤੀ ਜਾ ਸਕਦੀ ਹੈ। ਉੱਥੋਂ ਕੋਈ ਨਵੇਂ ਚਿਹਰੇ ਜਿਹੜੇ ਹੈਗੇ ਨਵੇਂ MLA ਜਿਹੜੇ ਉਹ ਸਾਹਮਣੇ ਆ ਸਕਦੇ, ਉਹਨੂੰ ਮੰਤਰੀ ਬਣਾਇਆ ਜਾ ਸਕਦਾ। ਦੇਖੋ ਮੰਤਰੀ ਤਾਂ ਬਣਾਉਣਾ ਹੀ ਬਣਾਉਣਾ, ਇਹ ਵੀ ਹੋ ਸਕਦਾ ਕਿ ਨਾ ਜਿਸ ਤਰ੍ਹਾਂ ਗੁਰਮੀਤ ਹਰ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਕਿ ਹੋ ਸਕਦਾ ਕਿ ਉੱਥੋਂ ਵੀ ਜਿਹੜਾ ਕੋਈ ਨਾ ਕੋਈ ਮੰਤਰੀ ਤਾਰਿਆ ਜਾ ਸਕੇ, ਕੋਈ ਅਗਲੀ ਵਾਰ ਜਿਹੜਾ ਇਲੈਕਸ਼ਨ ਹੈ ਉਹ ਇਸ ਤਰੀਕੇ ਲੜ ਸਕੇ ਕਿ ਜਿਹੜਾ ਮੰਤਰੀ ਜਿਹੜਾ ਆਪਣੀ ਫਾਈਟ ਦੇ ਸਕੇ। ਨਹੀਂ ਨਹੀਂ ਦੇਖੋ ਅਮਰਜੀਤ, ਉਹ ਨਹੀਂ, ਇੱਕ MLA ਹੈਗਾ, MLA ਬਣਿਆ ਫਿਰ ਉਹ ਮੰਤਰੀ ਬਣ, ਮੰਤਰੀ ਬਣ, ਮੰਤਰੀ ਨੂੰ MLA ਨਹੀਂ ਬਣਾਇਆ ਜਾ ਸਕਦਾ ਦੁਬਾਰਾ। ਕਿਸੇ ਵੀ MLA ਨੂੰ ਇਸ ਸੀਟ ਤੋਂ ਚੱਕ ਕੇ ਉੱਥੋਂ ਅਸਤੀਫਾ ਦਵਾ ਕੇ ਦੂਜੇ ਪਾਸੇ MLA ਚੋਣ ਨਹੀਂ ਲੜਾਈ ਜਾਂਦੀ ਪਾਰਟੀ ਦੇ, ਕਿਉਂਕਿ ਪਹਿਲਾਂ ਹੀ MLA ਆ, ਉਹਨੂੰ ਕੀ ਲੋੜ ਹੈ ਅਸਤੀਫਾ ਲੈਣ ਦੀ, ਕਿਉਂ ਲੜੇਗਾ ਉੱਥੋਂ, ਕਿਉਂ ਭੇਜੇਗੀ ਪਾਰਟੀ? ਜਿਹੜੀ MLA ਦੀ ਸੀਟ ਆ ਉਹ ਪਾਰਟੀ ਦੇ ਲਈ, ਜਿਹੜੀ ਖਾਸ ਕਰਕੇ ਸੱਤਾ ਤੇਰਾ, ਉਹਦੇ ਲਈ ਇੱਕ ਵਕਾਰ ਦਾ ਸਵਾਲ ਹੁੰਦੀ ਹੈ। ਠੀਕ ਹੈ, ਤੁਹਾਡੀ ਗੱਲ, ਵੱਡਾ ਚਿਹਰਾ ਉਤਾਰਨਗੇ, ਪਰ ਉਹਦੇ ਵਿੱਚ ਇਹ ਵੀ ਹੋ ਸਕਦਾ ਜਿਹੜੀਆਂ ਸਿਆਸੀ ਚਰਚਾਵਾਂ ਨੇ ਕਿ ਜਿਹੜੇ ਗੋਲਡੀ ਆਏ ਸੀਗੇ ਧੂਰੀ ਤੋਂ, ਗੋਲਡੀ ਕੰਬੋਜ, ਗੋਲਡੀ ਆਮ ਆਦਮੀ ਪਾਰਟੀ 'ਚ, ਕਾਂਗਰਸ ਪਾਰਟੀ 'ਚੋਂ ਦਲਵੀਰ ਗੋਲਡੀ, ਤਾਂ ਸੂਤਰ ਦੱਸਦੇ ਨੇ ਵੀ ਸ਼ਾਇਦ ਉਹਨਾਂ ਨੂੰ ਬਰਨਾਲੇ ਤੋਂ ਉਤਾਰਿਆ ਜਾ ਸਕਦਾ। ਫਿਰ ਹੁਣ ਬਰਨਾਲੇ ਤੋਂ ਅਗਰ ਉਹ ਜਿੱਤ ਜਾਂਦੇ ਆ ਤੇ ਹੋ ਸਕਦਾ ਉਹਨਾਂ ਕਮਿਟਮੈਂਟ ਕੀਤੀ ਹੋਵੇ, ਗੁਰਮੀਤ ਸਿੰਘ ਮੀਤੇਹਰ ਵਾਲੀ ਜਿਹੜੀ ਜਿਹੜੀ ਕੈਬਨਿਟ ਉਹਨਾਂ ਨੂੰ ਦੇ ਦੇਣ, ਇਹ ਤਾਂ ਹਾਲੇ ਆਉਣ ਵਾਲਾ ਟਾਈਮ ਦੱਸੂਗਾ। ਪਰ ਇੰਨਾ ਗੱਲ ਜ਼ਰੂਰ ਹੈ ਕਿ ਜਿਹੜੀ ਕੈਬਨਿਟ ਹੈ, ਇੱਕ ਦੋ ਕੈਬਨਿਟ ਜਿਹੜੀ ਆ ਮਾਲਵਾ ਬੈਲਟ ਤੇ ਦੋ ਤਿੰਨ ਕੈਬਨਿਟ ਜਿਹੜੀਆਂ ਹੈਗੀਆਂ ਮਾਝਾ ਤੇ ਦੁਆਬਾ ਬੈਲਟਾਂ ਜਿਹੜੀਆਂ ਹੈਗੀਆਂ ਉੱਥੇ ਦਿੱਤੀਆਂ ਜਾ ਸਕਦੀਆਂ ਨੇ। ਪਰ ਹੁਣ ਗੱਲ ਕਰੀਏ, ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਦੋ ਤਿੰਨ ਇਲਾਕੇ ਇਹੋ ਜਿਹੇ ਸੀ ਜਿੱਥੇ ਵੱਡੇ ਪੱਧਰ ਤੇ ਇੱਕ ਤਾਂ ਲੀਡ ਲਈ MLA ਨੇ ਤੇ ਇੱਕ ਉਹਨਾਂ ਨੇ ਵੱਡੇ ਦਿਗਜ਼ ਲੀਡਰਾਂ ਨੂੰ ਹਰਾਇਆ। ਬਿਲਕੁਲ, ਉਹਦੇ ਵਿੱਚ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ, ਬਿਲਕੁਲ, ਉਹਨਾਂ ਨੂੰ ਮੰਤਰੀ ਮੰਡਲ ਜਗ੍ਹਾ ਮਿਲ ਗਈ। ਉਹਨਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਿਆਸਤ ਦੇ ਬਾਬਾ ਬੋਹੜ ਜਾਣੇ ਜਾਂਦੇ ਸੀ ਉਹਨਾਂ ਨੂੰ ਹਰਾਇਆ। ਇਸੇ ਤਰ੍ਹਾਂ ਪਟਿਆਲਾ ਤੋਂ ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ। ਇਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਦੋ ਜਗ੍ਹਾ ਤੋਂ ਹਾਰੇ ਉਹ। ਠੀਕ ਹੈ, ਇੱਕ ਭਦੌੜ ਤੋਂ
ਤੇ ਇੱਕ ਉਹਨਾਂ ਨੇ ਆਪਣੀ ਜਿਹੜੀ ਮਰਿੰਡਾ ਰੋਪੜ ਵਾਲੀ ਸਾਈਡ ਸੀਟ ਹੈ ਉੱਥੋਂ ਹਰਾਇਆ। ਇਸ ਕਰਕੇ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਨੇ ਹਰਾਇਆ, ਹੋ ਸਕਦਾ ਉਹਨਾਂ ਨੂੰ ਜਗ੍ਹਾ ਦਿੱਤੀ ਜਾ ਸਕੇ। ਇਸੇ ਤਰ੍ਹਾਂ ਇੱਕ ਜੇਕਰ ਗੱਲ ਕਰੀਏ ਪੰਜਾਬ ਦੇ ਆ, ਦੋ ਤਿੰਨ ਮਹਿਲਾ ਜਿਹੜੇ MLA ਆ, ਮੰਨ ਲਓ ਪਹਿਲਾਂ ਵੀ ਬਣੇ ਸੀਗੇ, ਤਾਂ ਉਹਦੇ ਵਿੱਚ ਇਹਦੇ 'ਚ ਵੀ ਹੈਗਾ ਮਾਲਵੇ। ਜੇਕਰ ਆਪਾਂ ਗੱਲ ਕਰੀਏ ਜਿਹੜੇ ਪ੍ਰਿੰਸੀਪਲ ਬੁਧਰਾਮ ਹੈ, ਉਹ ਦੂਜੀ ਤੀਜੀ ਵਾਰ ਦੇ MLA ਆ ਆਮ ਆਦਮੀ ਪਾਰਟੀ ਦੇ ਵਿੱਚ, ਦੂਜੀ ਵਾਰ, ਤਾਂ ਉਹਨਾਂ ਨੂੰ ਵੀ ਕੈਬਨਿਟ ਜਗ੍ਹਾ ਦਿੱਤੀ ਜਾ ਸਕਦੀ ਹੈ। ਹੁਣ ਉਹ ਐਕਟਿੰਗ ਪ੍ਰਧਾਨ ਨੇ, ਯਾਨੀ ਕਿ ਪੁਰਾਣੇ ਲੀਡਰ ਜਿਹੜੇ ਨੇ, ਹਾਂ ਪੁਰਾਣੇ ਲੀਡਰ, ਕਿਉਂਕਿ ਦੇਖੋ ਅਮਰਜੀਤ ਪਾਰਟੀ ਨੇ ਇੱਕ ਚੀਜ਼ ਮਹਿਸੂਸ ਜ਼ਰੂਰ ਕੀਤੀ ਆ, ਜਿਹੜੀ ਆ ਹੁਣ ਇਲੈਕਸ਼ਨ ਹੋਈ ਆ ਲੋਕ ਸਭਾ ਦੇ ਵਿੱਚ, ਇੱਕ ਚੀਜ਼ ਮਹਿਸੂਸ ਜ਼ਰੂਰ ਕੀਤੀ ਹੈ ਕਿ ਹਾਰ ਦਾ ਜ਼ਿਆਦਾਤਰ ਕਾਰਨ ਇਹ ਰਿਹਾ ਕਿ ਪਾਰਟੀ ਸੰਗਠਨ ਨੂੰ ਮਜ਼ਬੂਤ ਨਹੀਂ ਕਰ ਸਕੀ। ਇਹ ਆਪਾਂ ਵੀ ਦੇਖਿਆ ਕਈ ਵਾਰੀ, ਯਾਨੀ ਕਿ ਪੁਰਾਣੇ ਜਿਹੜੇ ਲੀਡਰਾਂ ਨੂੰ ਸਾਹਮਣੇ ਨਹੀਂ ਲਿਆ, ਜਿਹੜੇ ਵਲੰਟੀਅਰ ਆ ਉਹਨਾਂ ਨੂੰ ਪਾਰਟੀ ਸੰਭਾਲ ਨਹੀਂ ਸਕਦੀ। ਇਸ ਕਰਕੇ ਪਾਰਟੀ ਜ਼ੋਰ ਦੇ ਰਹੀ ਹੈ ਕਿ ਜਿਹੜੇ ਸੰਗਠਨ ਹੈ ਵਲੰਟੀਅਰ ਹੈ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ, ਹੇਠਲੇ ਪੱਧਰ 'ਤੇ ਜਿਹੜਾ ਪਾਰਟੀ ਦਾ ਕੈਡਰ ਹੈ ਉਹਨੂੰ ਮਜ਼ਬੂਤ ਕੀਤਾ ਜਾਵੇ, ਕਿਉਂਕਿ 2 ਸਾਲ ਨੂੰ ਫਿਰ ਇਲੈਕਸ਼ਨ ਖੜੀ ਹੈ। ਜੇਕਰ ਹੁਣ ਜਿਹੜਾ ਸਾਡਾ ਪ੍ਰਦਰਸ਼ਨ ਮਾੜਾ ਰਿਹਾ ਤਾਂ ਇਹ ਥੋੜ੍ਹਾ ਵੀ ਆਪਾਂ ਇਹੀ ਚੀਜ਼ ਦੁਹਰਾਈ ਜਾਣੀ ਹੈ, ਤਾਂ ਇਹਨੂੰ ਸੁਧਾਰਨ ਦੇ ਲਈ ਆਪਾਂ ਉਪਰਾਲੇ ਕੀ ਕਰ ਸਕਦੇ ਹਾਂ? ਆਪਾਂ ਜਿਹੜਾ ਸੰਗਠਨ ਆ, ਹੁਣ ਜਿਵੇਂ ਪ੍ਰਿੰਸੀਪਲ ਬੁਧਰਾਮ ਹੈ ਉਹ ਸੰਗਠਨ ਦੇ ਬੰਦੇ ਆ, ਪੁਰਾਣੇ ਬੰਦੇ ਨੇ, ਉਹ ਦੂਜੀ ਵਾਰ ਦੇ MLA ਆ, ਤਾਂ ਉਹਨਾਂ ਨੂੰ ਮੰਤਰੀ ਮੰਡਲ 'ਚ ਕਿਉਂ ਲਿਆ ਜਾ ਸਕਦਾ? ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾਤਾ, ਪ੍ਰਧਾਨ ਤਾਂ ਭਗਵੰਤ ਸਿੰਘ ਮਾਨ ਨੇ, ਪਰ ਜਿਹੜੇ ਐਕਟਿੰਗ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਨੂੰ ਬਣਾਇਆ, ਪਰ ਉਹ ਵੀ ਚਾਹੁੰਦੇ ਨੇ ਕਿ ਮੈਨੂੰ ਮੰਤਰੀ ਮੰਡਲ ਜਗ੍ਹਾ ਕਿਉਂ ਨਹੀਂ ਮਿਲ ਰਹੀ। ਬਿਲਕੁਲ ਦੇਖੋ ਐਮ ਐਲ ਤਾਂ ਕੋਈ ਵੀ ਹੈ, ਕੋਈ ਵੀ ਨਹੀਂ ਕਹਿੰਦਾ ਮੈਂ MLA ਦਾ, ਹਰ ਕਹਿੰਦਾ ਮੈਂ ਮੰਤਰੀ ਬਣ ਜਾਣਾ, ਮਹਿਸੂਸ ਹੋ ਰਿਹਾ, ਪਰ ਉਹਨਾਂ ਨੂੰ ਕਿਤੇ ਕਿਤੇ ਮਹਿਸੂਸ ਹੋ ਰਿਹਾ। ਇਸੇ ਤਰ੍ਹਾਂ 3-4 ਹੋਰ ਹੈ ਜੇ MLA ਹੈਗੇ ਨੇ ਪੁਰਾਣੇ, ਬਲਜਿੰਦਰ ਕੌਰ ਹੈ, ਠੀਕ ਹੈ, ਜਾਂ 1-2 ਹੋਰ ਵੀ ਹੈਗੇ ਜਿਹੜੇ ਮਹਿਲਾ ਜਿਹੜੇ MLA ਆ, ਉਹ ਵੀ ਚਾਹੁੰਦੇ ਨੇ ਕਿ ਸਾਨੂੰ ਜਿਹੜੀ ਉਹ ਜਗ੍ਹਾ ਮਿਲੇ। ਹੁਣ ਅਗਲੀ ਗੱਲ ਇਹ ਹੈ, ਬਣ ਗਈ, ਤੁਸੀਂ ਅੱਗੇ ਗੱਲ ਦੱਸਿਓ, ਜਿਹੜੀ MLA ਸਭਾਂ ਦੀ ਮੀਟਿੰਗ ਹੋਈ ਹੈ, ਇਹ ਕਹਿੰਦੇ ਬੰਦ ਕਮਰਾ ਮੀਟਿੰਗ ਹੋਈ ਹੈ, ਜਿਹਦੇ ਵਿੱਚ ਪੰਜਾਬ ਦੇ ਕੁਝ ਜਿਹੜੇ ਚੁਣਵੇਂ MLA ਸੀ ਜਿਨ੍ਹਾਂ ਨੂੰ ਬੁਲਾਇਆ ਗਿਆ, ਸਲਾਹ ਮਸ਼ਵਰਾ ਕੀਤੀ ਗਈ ਹੈ, ਕੀ ਲੱਗਦਾ ਕਿ ਉਹਨਾਂ ਦਾ ਨਾਮ ਵੀ ਸਾਹਮਣੇ ਕੈਬਨਿਟ ਦੇ ਵਿੱਚ ਆ ਸਕਦਾ? ਦੇਖੋ ਅਮਰਜੀਤ, ਗੱਲ ਇੱਕ ਹੈ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ, ਉਸ ਤੋਂ ਬਾਅਦ ਇਲੈਕਸ਼ਨ ਖਤਮ ਹੁੰਦੀ ਹੈ, ਖਾਸ ਕਰਕੇ ਜਿਹੜੀ ਪਾਰਟੀ ਹਾਰਦੀ ਹੈ, ਮੰਨ ਲਓ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੱਤਾ ਧਿਰ ਹਾਰ ਗਈ, ਸੱਤਾ ਧਿਰ ਨੂੰ 3 ਟਿਕਟਾਂ ਜਿਹੜੀਆਂ ਹੈਗੀਆਂ ਸੀਟਾਂ ਮਿਲ ਗਈਆਂ। ਬਿਲਕੁਲ ਜੇਕਰ 2019 ਦੀ ਗੱਲ ਕਰੀਏ ਤਾਂ 1, ਪਰ ਜੇ ਦੂਜੇ ਪਾਸੇ ਗੱਲ ਕਰੀਏ ਕਿ ਤੁਹਾਡੀ ਸਰਕਾਰ ਸੀ, ਤੁਸੀਂ ਸਰਕਾਰ ਦੇ ਵਿੱਚ 3 ਸੀਟਾਂ ਲਈਆਂ ਤੇ ਕਾਂਗਰਸ ਸਰਕਾਰ ਤੋਂ ਬਾਹਰ ਹੋ ਕੇ 7 ਸੀਟਾਂ ਲੈ ਗਈ, ਠੀਕ ਹੈ, ਜੇ ਤਾਂ ਆਪਾਂ ਉਸ ਪੱਖ ਤੋਂ ਦੇਖੀਏ, ਫਿਰ ਤਾਂ ਕਿਤੇ ਨਾ ਕਿਤੇ ਸੱਤਾ ਧਿਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਵੋਟ ਬੈਂਕ ਘਟਿਆ, 22 ਦੇ ਮੁਕਾਬਲੇ ਘਟਿਆ ਤੇ 19 ਦੇ ਮੁਕਾਬਲੇ ਵੋਟ ਬੈਂਕ ਵਧਿਆ, ਠੀਕ ਹੈ। ਪਰ ਜੇ ਤੁਸੀਂ ਦੇਖੋ 19 ਫਿਰ ਠੀਕ ਹੈ, 1-3 ਆ ਗਏ, ਤੇ ਹੁਣ 1 ਦੇ ਵਿੱਚ 9 MLA ਹੁੰਦੇ ਆ, 3 ਸੀਟਾਂ ਤੁਸੀਂ ਜਿੱਤੀਆਂ, ਤਾਂ ਇਹਦਾ ਮਤਲਬ 27 MLA ਜਿੱਤੇ ਆ, ਇਹੀ ਆ ਨਾ ਕਿ ਤੁਸੀਂ 27 MLA ਜਿੱਤੇ ਨੇ ਤੇ ਬਾਕੀ 93 ਜੋ MLA ਕਿੱਥੇ ਗਏ ਤੁਹਾਡੇ। ਇਸ ਕਰਕੇ ਜ਼ਰੂਰੀ ਨਹੀਂ ਜਿਹੜੇ ਉਹ 3 ਜਿੱਤੇ ਆ ਕਿ ਉਹ ਸਾਰੇ ਹਲਕੇ ਜਿੱਤੇ ਹੋਣ, ਉਹਦੇ 'ਚ ਕੋਈ ਹਲਕਾ ਹਾਰਿਆ ਵੀ ਹੋ ਸਕਦਾ, ਤੇ ਜਿੰਨੀਆਂ ਸੀਟਾਂ ਹਾਰੀਆਂ ਜ਼ਰੂਰੀ ਨਹੀਂ ਕਿ ਸਾਰੀਆਂ ਸੀਟਾਂ ਹੀ ਹਾਰੀਆਂ ਹੋਣ, ਉਹਦੇ 'ਚ ਕਈ ਹਲਕੇ ਜਿੱਤੇ ਵੀ ਹੋ ਸਕਦੇ ਆ। ਇਸ ਕਰਕੇ ਜੇਕਰ ਆਪਾਂ ਸਾਰਾ ਜਿਹੜਾ ਜੋੜ ਘਟਾਓ ਕਰਾਂਗੇ ਤਾਂ ਕਿਤੇ ਨਾ ਕਿਤੇ ਸੱਤਾ ਧਿਰ ਨੂੰ ਨੁਕਸਾਨ ਜ਼ਰੂਰ ਹੋਇਆ, ਪਰ ਉਹ ਸੱਤਾ ਧਿਰ ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਆਪਣੇ ਸਮੇਂ 'ਚ ਰਹੀ ਹੈ, ਚਾਹੇ ਕਾਂਗਰਸ ਆਪਣੇ ਸਮੇਂ 'ਚ ਰਹੀ ਹੈ, ਜਦੋਂ ਕੋਈ ਪਾਰਟੀ ਨੂੰ ਘੱਟ ਸੀਟਾਂ ਆਉਂਦੀਆਂ ਨੇ ਤਾਂ ਉਹਨੂੰ ਮੰਥਨ ਕਰਨਾ ਬਣਦਾ। ਬਿਲਕੁਲ, ਮੰਥਨ ਸੁਖਬੀਰ ਸਿੰਘ ਬਾਦਲ ਵੀ ਕਰ ਰਹੇ ਆ,
ਹੁਣ ਵੀ ਮੀਟਿੰਗਾਂ ਕਰ ਰਹੇ ਨੇ ਉਹ, ਠੀਕ ਹੈ, ਸਾਹਮਣੇ ਨਹੀਂ ਆ ਰਿਹਾ, ਪਰ ਗੁਪਤ ਤੌਰ ਤੇ ਉਹ ਜਿਹੜੇ ਆਪਣੇ ਜਿਹੜੇ MP ਸੀਗੇ ਜਾਂ ਜਿਹੜੇ MLA ਖੜੇ ਸੀ ਜਾਂ ਜਿਹੜੇ ਹਲਕਾ ਇੰਚਾਰਜ ਹੈ ਤਾਂ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ ਉਹ, ਵੀ ਹਾਰੇ ਕਿਉਂ ਆ, ਹਾਰ ਦਾ ਕਾਰਨ ਕੀ ਹੈ, ਅਗਲੀ ਵਾਰ ਸਰਵਾਈ ਕਿਸ ਤਰ੍ਹਾਂ ਕੀਤਾ ਜਾ ਸਕਦਾ, ਵੀ ਕਿਹੜੇ ਲੀਡਰ ਨੇ ਆਪਾਂ ਜ਼ੋਰ ਨਹੀਂ ਲਾਇਆ, ਕਿਸ ਹਲਕੇ ਦੇ ਵਿੱਚ ਕਿਹੜਾ ਲੀਡਰ ਕਮਜ਼ੋਰ ਆ, ਕਿਸ ਹਲਕੇ ਦੇ ਵਿੱਚ ਕਿਹੜਾ ਲੀਡਰ ਆਪਣਾ ਤਕੜਾ, ਉਹਨੂੰ ਕਿ ਵੱਡੀ ਜ਼ਿੰਮੇਵਾਰੀ ਕਿਹੜੀ ਦਿੱਤੀ ਜਾ ਸਕਦੀ ਹੈ, ਜਾਂ ਜਿਹੜਾ ਲੀਡਰ ਕਮਜ਼ੋਰ ਹੈ ਉਹਦੇ ਤੋਂ ਖੋਹ ਕੇ ਉੱਥੇ ਜ਼ਿੰਮੇਵਾਰੀ ਕਿਹਨੂੰ ਦੇਣੀ ਆ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਪਾਰਟੀਆਂ ਕਰਦੀਆਂ ਨੇ, ਪਰ ਵੱਡੀ ਗੱਲ ਇਹ ਹੁੰਦੀ ਹੈ ਕਿ ਸੱਤਾ ਧਿਰ ਕੀ ਕਰ ਰਹੀ ਹੈ। ਜਦੋਂ ਪਾਰਟੀ ਨੂੰ 3 ਸੀਟਾਂ ਮਿਲੀਆਂ, 3 ਤੇ ਜਿੱਤ ਕੀਤੀ ਤੇ 10 ਹਾਰ ਗਏ, ਕਾਂਗਰਸ 7 ਲੈ ਗਈ, ਤਾਂ ਉਦੋਂ ਪਾਰਟੀ ਨੂੰ ਮਹਿਸੂਸ ਹੋਇਆ, ਠੀਕ ਹੈ, ਆਪਾਂ ਉਹ ਲੋਕਾਂ ਸਾਹਮਣੇ ਗੱਲ ਨਹੀਂ ਕਹਿੰਦੇ, ਆਪਾਂ ਕਹਿੰਦੇ ਜੀ ਨਹੀਂ ਨਹੀਂ ਆਪਾਂ 19 ਤੋਂ ਮੁਕਾਬਲੇ ਤਾਂ ਵੱਡੀ ਜਿੱਤ ਪ੍ਰਾਪਤ ਕਰ ਲਈ, ਉਦੋਂ 1 ਸੀ, ਅਸੀਂ 3 ਲੈ ਗਏ, ਸਾਡਾ ਵੋਟ ਵੱਧ ਗਿਆ, ਪਰ 22 ਦਾ ਮੁਕਾਬਲਾ ਦੇਖੋ, ਅਸੀਂ 19 ਦਾ ਮੁਕਾਬਲਾ ਨਹੀਂ ਨਾ ਦੇਖਣਾ, ਅਸੀਂ ਤਾਂ ਉਸ ਤੋਂ ਬਾਅਦ ਦਾ ਮੁਕਾਬਲਾ ਦੇਖਣਾ, 19 ਤਾਂ ਚਲੀ ਗਈ, ਠੀਕ ਹੈ, 19 ਤਾਂ ਲੰਘ ਗਈ, ਉਸ ਤੋਂ 22 ਦਾ 2 ਸਾਲ ਦਾ ਮੁਕਾਬਲਾ ਦੇਖੋ, ਇਸ ਕਰਕੇ ਚਲੋ ਮਹਿਸੂਸ ਹੋਇਆ। ਪਾਰਟੀ ਨੇ ਮੀਟਿੰਗ ਬੁਲਾਈਆਂ, ਹੁਣ ਮੀਟਿੰਗਾਂ ਉਹਨਾਂ ਨੇ 2-2, 3-3 ਮੈਂਬਰ ਪਾਰਲੀਮੈਂਟ ਹਲਕੇ ਆ ਜਿਹੜੇ ਉਹਨਾਂ ਦੇ MLA ਉੱਥੋਂ, ਕਈ ਕਈ ਤਾਂ ਮੈਂਬਰ ਪਾਰਲੀਮੈਂਟ ਅਜਿਹੇ ਹਲਕੇ ਨੇ ਜਿੱਥੇ ਜੇ 9 ਹਲਕੇ ਨੇ ਵਿਧਾਨ ਸਭਾ ਤਾਂ 9 ਦੇ 9 MLA ਸੱਤਾ ਧਿਰ ਦੇ ਆ। ਤੁਸੀਂ ਪਟਿਆਲੇ ਦੀ ਉਹ ਗੱਲ ਕਰ ਲਓ, ਪਟਿਆਲਾ ਲੋਕ ਸਭਾ ਦੇ ਵਿੱਚ 9 ਮੈਂਬਰ ਸੋਰੀ ਵਿਧਾਨ ਸਭਾ ਹਲਕੇ ਆਉਂਦੇ, ਸ਼ੁਰੂਆਤ ਕਰ ਲਓ ਡੇਰਾਬੱਸੀ ਤੋਂ, ਡੇਰਾਬੱਸੀ ਵੀ ਇਹਨਾਂ ਕੋਲ ਆ, ਰਾਜਪੁਰਾ ਵੀ ਇਹਨਾਂ ਕੋਲ ਆ, ਘਨੌਰ ਵੀ ਇਹਨਾਂ ਕੋਲ ਆ, ਸਨੌਰ ਵੀ ਇਹਨਾਂ ਕੋਲ ਆ, ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਨਾਭਾ, ਸਮਾਣਾ, ਸ਼ਦਰਾਣਾ, ਤਾਜਪੁਰਾ, ਬਿਲਕੁਲ 9 ਦੇ 9 ਹਲਕੇ ਸੱਤਾ ਧਿਰ ਕੋਲ ਆ, ਪਰ ਅਸੀਂ ਸੀਟ ਫੇਰ ਆ ਗਏ, ਠੀਕ ਹੈ, ਉਹ ਤਾਂ ਮੰਥਨ ਕਰਨਾ ਤਾਂ ਬਣਦਾ। ਹਾਂ, ਹੁਣ ਅਗਲੀ ਗੱਲ ਤੁਸੀਂ ਇਹ ਗੱਲ ਕਹੀ ਹੈ ਵੀ ਮੀਟਿੰਗ ਲਈ ਅਧਿਕਾਰ ਤਾਂ ਸਾਹਮਣੇ ਕੁਛ ਨਹੀਂ ਆਉਂਦਾ, ਪਰ ਉਹ ਜਦੋਂ ਮੀਟਿੰਗ ਦੇ ਵਿੱਚ ਕੋਈ ਲੀਡਰ ਬੈਠੇ ਹੁੰਦੇ ਆ, ਉੱਥੋਂ ਹੀ ਮੀਡੀਆ ਨੂੰ ਜਿਹੜੀਆਂ ਗੱਲਾਂ ਨੇ ਅੰਦਰੋਂ ਉੱਥੋਂ ਹੀ ਬਾਹਰ ਆਉਂਦੀਆਂ ਵੀ ਕੀ ਹੋਇਆ, ਕਿਵੇਂ ਹੋਇਆ, ਜਾਣ ਕੀ ਇੱਕ ਨੇ ਦੂਜੇ ਨਾਲ ਕੀਤੀ, ਦੂਜੇ ਨੇ ਤੀਜੇ ਨਾਲ ਕੀਤੀ, ਉੱਥੋਂ ਹੌਲੀ ਹੌਲੀ। ਦੇਖੋ ਇਹ ਜ਼ਰੂਰੀ ਨਹੀਂ ਹੈਗਾ ਕਿ ਕੋਈ ਲੀਡਰ ਜੇ ਅੰਦਰ ਮੀਟਿੰਗ 'ਚ ਬੈਠਾ ਤਾਂ ਬਾਹਰ ਜਾ ਕੇ ਨਹੀਂ ਦੱਸੂਗਾ, ਕਿਸੇ ਵੀ ਲੀਡਰ ਪਾਰਟੀ ਦਾ ਹੋਵੇ ਤਾਂ ਕੋਈ ਨਾ ਕੋਈ ਲੀਡਰ ਇਹੋ ਜਿਹਾ ਹੁੰਦਾ ਜਿਹੜਾ ਬਾਹਰ ਲਿਆ ਕੇ ਆਪਣੇ PA ਨੂੰ ਦੱਸੇਗਾ, ਆਪਣੇ ਨਾਲ ਦੇ ਸਾਥੀ ਵੀਰ ਤੋਂ ਹੌਲੀ ਹੌਲੀ ਗੱਲ ਲੀਕ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਖਬਰ ਸਾਹਮਣੇ ਜਿਹੜੀ ਉਦਵਾਈ ਹੈ ਤੇ ਉਹਦੇ 3-4 ਦਿਨ ਪਹਿਲਾਂ ਮੀਟਿੰਗ ਹੋਈ ਹੈ ਕਿ ਉਨ ਕੇ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਜਾਂ ਸੰਦੀਪ ਡਾਕਟਰ ਸੰਦੀਪ ਪਾਠਕ ਜਿਹੜੇ ਮੈਂਬਰ ਰਾਜ ਸਭਾ ਜਿਹੜੇ ਸੰਗਠਨ ਦੇਖ ਰਹੇ ਆ ਉਹਨਾਂ ਨੇ ਖਾਸ ਕਰਕੇ MLA ਤਾਂ ਜਾਂ ਜਿਹੜੇ ਹਲਕਾ ਇੰਚਾਰਜ ਆ ਜਾਂ ਜਿਹੜੇ ਚੇਅਰਮੈਨ ਸੀ ਜਿੱਥੋਂ ਪਾਰਟੀ ਨੂੰ ਹਾਰ ਦੇਖਣਾ। ਦੇਖੋ ਅਮਰਜੀਤ, ਇੱਕ ਗੱਲ ਇਹ ਹੈ ਕਿ ਹੁਣ ਤੁਸੀਂ ਇਹ ਗੱਲ ਲੁਕੀ ਛੁਪੀ ਨਹੀਂ ਰਹਿ ਸਕਦੀ ਕਿ ਕਿਹੜੇ ਬੂਥ ਕਿਹਦੇ ਅੰਡਰ ਸੀ ਤੇ ਉਹਨੂੰ ਕਿੰਨੀ ਵੋਟ ਪਈ। ਬਿਲਕੁਲ, ਹੁਣ ਬੂਥ ਵਾਈਜ਼ ਜਿਹੜੀ ਡਿਟੇਲ ਹੈ ਉਹ ਸਾਰੀ ਇਲੈਕਸ਼ਨ ਕਮਿਸ਼ਨ ਦੇ ਵੈਬਸਾਈਟ ਤੇ ਪਈ ਹੈ, ਤੁਸੀਂ ਅੱਜ ਕੱਢ ਲਓ। ਲੋਕ ਸਭਾ ਤੋਂ ਬਾਅਦ ਚ ਵਿਧਾਨ ਸਭਾ, ਵਿਧਾਨ ਸਭਾ ਤੋਂ ਬਾਅਦ ਹਲਕਾ, ਹਲਕੇ ਤੋਂ ਬਾਅਦ ਵਾਰਡ ਵਾਈਜ਼, ਪਿੰਡ ਵਾਈਜ਼, ਪਿੰਡ ਵਾਈਜ਼ ਤੋਂ ਬਾਅਦ ਬੂਥ ਵਾਈਜ਼ ਵੀ ਕਿਹੜੇ ਬੂਥ ਤੋਂ ਕਿਹਨੂੰ ਕਿੰਨੀ ਵੋਟ ਪਈ ਹੈ ਤਾਂ ਉੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਕੰਮ ਕਿੰਨਾ ਕੀਤਾ ਤੇ ਉੱਥੇ ਲੀਡਰ ਕੌਣ ਸੀ, ਸਾਰਾ ਡਾਟਾ ਆਨਲਾਈਨ ਵੀ ਉੱਥੇ ਇੰਚਾਰਜ ਕੌਣ ਸੀ ਤਾਂ ਉੱਥੋਂ ਕਿਤੇ ਨਾ ਕਿਤੇ ਕਲਾਸ ਜ਼ਰੂਰ ਲੱਗੀ ਹੈ। ਕਈ ਲੀਡਰਾਂ ਦੀ ਵੀ ਲੱਗੀ ਆ, ਸਾਬਕਾ MLAਆਂ ਦੀ, ਮੌਜੂਦਾ MLAਆਂ ਦੀ, ਹਲਕਾ ਇੰਚਾਰਜਾਂ ਦੀ, ਕੋਈ ਚੇਅਰਮੈਨਾਂ ਦੀ, ਕੋਈ ਪਾਰਟੀ ਪ੍ਰਧਾਨ ਆ, ਜਿਹੜੇ ਵੀ ਸੰਗਠਨ ਜਿਹੜੇ ਵੀ ਉੱਥੇ ਇੰਚਾਰਜ ਸੀ ਉਹਨਾਂ ਦੀਆਂ ਕਲਾਸ ਜ਼ਰੂਰ ਲੱਗੀ ਹੈ। ਉਹ ਲੱਗਣੀ ਸੁਭਾਵਿਕ ਹੈ, ਲੱਗਣੀ ਬਣਦੀ ਵੀ ਹੈ। ਜੇ ਪਾਰਟੀ ਸਰਵਾਈਵ ਕਰਾਉਣੀ ਹੈ ਤਾਂ ਪਾਰਟੀ ਨੂੰ ਅੱਗੇ ਤੱਕ ਲੈ ਕੇ ਜਾਣਾ ਤਾਂ ਉਹ ਤੁਹਾਨੂੰ ਜਿਹੜਾ ਪਾਰਟੀ ਲੈਵਲ 'ਤੇ ਮੰਥਨ ਕਰਨਾ ਅਤੇ ਉਸ ਤੋਂ ਬਾਅਦ ਸੰਗਠਨ 'ਚ ਲੈ ਕੇ ਜਾਣਾ, ਉੱਥੇ ਚਰਚਾ ਕਰਨੀ ਅਤੇ ਉਹਨਾਂ ਦੀ ਕਲਾਸ ਲਾਉਣੀ, ਉਹਨਾਂ ਤੋਂ ਗੱਲ ਇਹ ਪੁੱਛਣੀ ਕਿ ਹੁਣ ਆਪਾਂ ਪਾਰਟੀ ਨੂੰ ਅੱਗੇ ਕਿਵੇਂ ਲੈ ਸਕਦੇ। ਠੀਕ ਹੈ, ਜਿਹੜਾ ਪਰਿਵਾਰ ਦਾ ਮੋਢੀ ਹੁੰਦਾ ਤਾਂ ਮੋਢੀ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਮੋਢੀ ਕਈ ਵਾਰ ਗੁੱਸੇ ਗਿੱਲੇ ਦੇ ਵਿੱਚ ਕਹਿ ਵੀ ਦਿੰਦਾ ਵੀ ਹਾਂ ਵੀ ਤੁਸੀਂ ਜਿਹੜਾ ਕਿਉਂ ਨਹੀਂ ਕੰਮ ਕੀਤਾ, ਵੀ ਏਦਾਂ ਕਿੱਥੇ ਕਮੀ ਰਹਿ ਗਈ, ਤੁਸੀਂ ਉਹ ਸਰਵਾਈਵ ਕਰੋ। ਹੁਣ ਇਹ ਵੀ ਪਤਾ ਲੱਗਿਆ ਕਿ ਉੱਥੇ ਕੁਝ MLA ਨੇ ਇਹ ਵੀ ਕਿਹਾ, ਨਾਮ ਤਾਂ ਅਜੇ ਤੱਕ ਸਾਹਮਣੇ ਨਹੀਂ ਆਏ, ਪਰ ਉਹ ਕਹਿੰਦੇ ਪੰਜਾਬ ਦੇ ਕੁਝ MLA ਇਹ ਵੀ ਸੀਗੇ, ਉਹਨਾਂ ਨੇ ਸਾਰੀ ਮੀਟਿੰਗ ਦੇ ਸਾਹਮਣੇ ਗੱਲ ਕਹਿਤੀ
ਕਿ ਜੀ ਜਿਹੜੇ ਇਹ ਕੈਂਡੀਡੇਟ ਬੈਠੇ ਨੇ ਜਿਹੜੇ ਹਾਰੇ ਨੇ ਇਹ ਖੁਦ ਵੀ ਜਿੱਤਣਾ ਨਹੀਂ ਚਾਹੁੰਦੇ ਸੀ। ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਹੀ ਕਹਿਤਾ ਐਮ ਐਲ ਏ ਨੇ, ਕਿਉਂਕਿ ਉਹ ਸਾਰੀ ਗੱਲ ਐਮ ਐਲ ਏ ਤੇ ਆਣੀ ਸੀ ਕਿ ਤੁਹਾਡੇ ਹਲਕੇ ਦੇ ਵਿੱਚੋਂ ਹਾਰ ਗਏ, ਦੱਸੋ ਜੀ ਕਿਉਂ ਹਾਰੇ ਆ, ਠੀਕ ਹੈ। ਉਹਨਾਂ ਨੇ ਸਾਰਾ ਠੀਕਰਾ ਉਸ ਕੈਂਡੀਡੇਟ ਤੇ ਭੰਨਤਾ, ਉਹ ਕਹਿੰਦੇ ਜੀ ਇਹ ਕੈਂਡੀਡੇਟ ਦਾ ਜਿੱਤਣਾ ਹੀ ਨਹੀਂ ਚਾਹੁੰਦੇ ਸੀ, ਯਾਨੀ ਕਿ ਉਹ ਸਿੱਧਾ ਤੌਰ ਤੇ ਕਹਿਣਾ ਚਾਹੁੰਦੇ ਸੀ ਕਿ ਜਿਹੜਾ ਉਹ ਤਾਂ ਕੈਬਨਿਟ ਮੰਤਰੀ ਜਾਣਾ ਚਾਹੁੰਦੇ ਨੇ, ਬਿਲਕੁਲ ਐਮ ਪੀ ਦਾ ਬਣਨਾ ਹੀ ਨਹੀਂ ਚਾਹੁੰਦੇ, ਕਿਉਂ ਉਹ ਕਹਿੰਦਾ ਹੁਣ ਕੈਬਨਿਟ ਮੰਤਰੀ ਆ, ਹੁਣ ਤੂਤੀ ਬੋਲਦੀ ਆ ਪੰਜਾਬ ਚ ਕਿ ਤੁਸੀਂ ਜਦੋਂ ਮੈਂਬਰ ਪਾਰਲੀਮੈਂਟ ਬਣ ਗਏ ਤੇ ਤੁਹਾਨੂੰ ਪੁੱਛੇਗਾ ਕੌਣ ਪੰਜਾਬ ਚ, ਠੀਕ ਹੈ। ਕੁਝ ਬੰਦਾ ਸੀ ਪੰਜਾਬੀ ਦੇ ਕਹਿੰਦਾ ਕਹਿੰਦੇ ਸਮੁੰਦਰ ਚ ਮੱਛੀ ਕੌਣ ਪੈਦਾ, ਬਹੁਤ ਤੁਰੇ ਫਿਰਦੇ ਆ ਉੱਥੇ 543 ਬੰਦੇ ਆ, ਉੱਥੋਂ ਤੁਹਾਨੂੰ ਕਿਹਨੇ ਪੁੱਛਣਾ, ਉਰੇ ਤੁਸੀਂ ਮਾਲਕ ਹੋ ਪੰਜਾਬ ਦੇ ਕੈਬਨਿਟ ਮੰਤਰੀ ਹੋ, ਠੀਕ ਹੈ। ਇਸ ਕਰਕੇ ਕੋਈ ਵੀ ਕੈਬਨਿਟ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦਾ, ਇਹ ਤਾਂ ਸਾਰਾ ਕਲੀਅਰ ਪਤਾ ਹੈ। ਪਰ ਗੱਲ ਇਹ ਵੀ ਐਮ ਐਲ ਏ ਨੇ ਵੀ ਨਾਲ ਦੀ ਨਾਲ ਉੱਥੇ ਗੱਲ ਕਹਿਤੀ ਵੀ ਇੱਥੋਂ ਨਹੀਂ ਜਿੱਤਣਾ ਚਾਹੁੰਦੇ ਸੀਗੇ, ਹੁਣ ਕੀ ਕਾਰਵਾਈ ਉਹਨਾਂ ਐਮ ਐਲ ਏ ਤੇ ਹੁੰਦੀ ਹੈ ਜਿਹੜੇ ਸਾਰਿਆਂ ਸਾਹਮਣੇ ਕਹਿ ਕੇ, ਜਾਂ ਜੇ ਉੱਥੋਂ ਹਾਰ ਗਏ ਕਿ ਉਹਨਾਂ ਤੇ ਕਾਰਵਾਈ ਤਾਂ ਹੁੰਦੀ ਹੈ, ਜਾਂ ਉਹਨਾਂ ਐਮ ਐਲ ਏ ਦੀ ਮੰਨ ਕੇ ਉਸ, ਕਿਉਂਕਿ ਪੰਜਾਬ ਦੇ ਵਿੱਚ 5 ਕੈਬਨਿਟ ਮੰਤਰੀ ਚੋਣ ਲੜ ਰਹੇ ਸੀ, ਬਿਲਕੁਲ ਇੱਕ ਜਿੱਤੇ ਆ, ਚਾਰ ਹਾਰੇ, ਚਾਰ ਹਾਰੇ ਬਿਲਕੁਲ। ਕੀ ਉਹਨਾਂ ਐਮ ਐਲ ਏ ਦੀ ਮੰਨ ਕੇ ਜਾਂ ਉਹਨਾਂ ਐਮ ਐਲ ਏ ਦੀ ਰਿਪੋਰਟ ਤਿਆਰ ਕਰਕੇ ਜਿਹੜੇ ਕੈਬਨਿਟ ਮੰਤਰੀ ਹਾਰੇ ਨੇ ਔਰ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਜਿੱਤਣਾ ਨਹੀਂ ਚਾਹੁੰਦੇ ਸੀ, ਕੀ ਉਹਨਾਂ ਦਾ ਉਹਦਾ ਵਾਪਸ ਹੋਊਗਾ, ਕੀ ਉਹਨਾਂ ਨੂੰ ਕੈਬਨਿਟ ਮੰਤਰੀ ਤੋਂ ਹਟਾਉਣਗੇ, ਸਰਕਾਰ ਸੱਤਾ ਤੇ ਕਰੇਗੀ ਕੀ? ਬਿਲਕੁਲ ਇਹ ਗੱਲ ਤਾਂ ਇਹ ਵੀ ਹੁਣ ਇਹ ਵੀ ਹੈ ਕਿ ਜਿਹੜੀ ਗੱਲ ਹੈ ਵੀ ਹਾਂ ਦੇਖੋ ਇੱਕ ਤਾਂ ਕੀ ਗੱਲ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਜਲਦੀ ਜਿਹੜਾ ਆਪਾਂ ਪਹਿਲਾਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਸੁਭਾਵਿਕ ਆ, ਹੋਊਗਾ ਹੋਏਗਾ, ਠੀਕ ਹੈ। ਉਹ ਹੋਣਾ 2 ਤੇ ਹੁੰਦਾ, 3 ਤੇ ਹੁੰਦਾ ਕਿ 5 ਤੇ ਹੁੰਦਾ, ਬਿਲਕੁਲ ਇਹ ਗੱਲ ਬਾਤ ਦੀ ਹੈ। 2 ਤਾਂ ਪੱਕਾ ਹੈ, 1 ਤਾਂ ਖਾਲੀ ਹੋ ਰਹੀ ਹੈ, 1 ਪਹਿਲਾਂ ਖਾਲੀ ਪਈ ਹੈ, 2 ਤੇ ਪੱਕਾ। ਉਸ ਤੋਂ ਬਾਅਦ ਅੱਗੇ ਕਿੰਨਿਆਂ ਤੇ ਹੁੰਦਾ ਕਿ ਉਹ 3 ਜਿਹੜੇ ਮੰਨ ਲਓ ਆਪਾਂ ਵਿਵਾਦਿਤ ਕਹਿ ਦੋ ਲਾ ਲਓ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਲੱਗ ਅਲੱਗ ਤਰੀਕਿਆਂ ਦੇ ਨਾਲ, ਬਿਆਨਬਾਜ਼ੀ ਕੀਤੀ ਹੈ ਜਾਂ ਜਿਨ੍ਹਾਂ ਦੀ ਕੋਈ ਵੀਡੀਓ ਆਡੀਓ ਨੂੰ ਲੈ ਕੇ ਜਿਹੜੇ ਚਰਚਾ 'ਚ ਰਹੇ ਨੇ ਕਿ ਉਹਨਾਂ ਤੋਂ ਅਸਤੀਫੇ ਲੈ ਜਾਣਗੇ, ਇਹ ਹਲੇ ਚਰਚਾ ਦਾ ਵਿਸ਼ਾ, ਇਹ ਹਲੇ ਸਿਆਸੀ ਗਲਿਆਰਿਆਂ ਦੀ ਚਰਚਾ ਇਹਦੀ ਹੈਗੀ ਹੈ, ਲਿਆ ਜਾਏਗਾ ਨਹੀਂ ਲਿਆ ਜਾਏਗਾ ਤਾਂ ਸਮਾਂ ਦੱਸੇਗਾ। ਪਰ ਇਹ ਗੱਲ ਦੀ ਚਰਚਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਲਦੀ 3 ਤੋਂ 5 ਮੰਤਰੀਆਂ ਦੀ ਜਿਹੜੀ ਜਗ੍ਹਾ ਉਹ ਖਾਲੀ ਹੋ ਕੇ ਉਹਨਾਂ ਦੀ ਜਗ੍ਹਾ ਨਵੇਂ ਜਿਹੜੇ ਮੰਤਰੀਆਂ ਲਾਏ ਜਾਣਗੇ। ਹੁਣ ਕਿਸਮਤ ਕਿਹਦੀ ਖੁੱਲਦੀ ਹੈ, ਕਿਹੜਾ ਐਮ ਐਲ ਏ ਮੰਤਰੀ ਬਣੇਗਾ, ਕਿਹਨੂੰ ਜਗ੍ਹਾ ਮਿਲੇਗੀ? ਹੁਣ ਦੇਖੋ ਤੁਸੀਂ ਜਦੋਂ ਇਹ ਖਾਲੀ ਹੋਣ ਦੀਆਂ ਚਰਚਾ ਸ਼ੁਰੂ ਹੋ ਗਈਆਂ ਤੇ ਅੱਜ ਸਵੇਰ ਹੋ ਜਾਣੀਆਂ ਨੇ ਜਦੋਂ ਅਸਤੀਫੇ ਆਣੇ ਸ਼ੁਰੂ ਹੋ ਗਏ, ਤੇ ਉਸ ਤੋਂ ਬਾਅਦ ਐਮ ਐਲ ਏ ਨੇ ਵੀ ਗੱਡੀਆਂ ਫਿਰ ਦਿੱਲੀ ਨੂੰ ਭਜਾਣੀ ਸ਼ੁਰੂ ਕਰ ਦੇਣੀਆਂ ਨੇ, ਮੀਟਿੰਗਾਂ ਸ਼ੁਰੂ ਹੋ ਜਾਣੀਆਂ, ਮੀਟਿੰਗਾਂ ਸਿਲਸਿਲਾ ਸ਼ੁਰੂ ਹੋ ਜਾਏਗਾ। ਪਰ ਸਾਹਮਣੇ ਉਦੋਂ ਹੀ ਆਏਗਾ ਜਦੋਂ ਲਿਸਟ ਬਾਹਰ ਆ ਗਈ, ਠੀਕ ਹੈ। ਪਰ 1-2 ਦਿਨ ਤੱਕ ਇਹਦੀ ਚਰਚਾ ਜ਼ਰੂਰ ਆਪਾਂ ਕਰਦੇ ਰਹਾਂਗੇ ਕਿ ਕਿਹਦੇ ਨਾਮ ਨੇ ਜਿਹੜੇ ਉਹ ਸਾਹਮਣੇ ਆ ਰਹੇ। ਠੀਕ ਹੈ ਰਪਾਲਾ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਹੁਣ ਦੇਖਣਾ ਹੋਵੇਗਾ ਉਹ ਕਿਹੜੇ ਐਮ ਐਲ ਏ ਹੋਣਗੇ ਜਿਨ੍ਹਾਂ 'ਤੇ ਜਿਹੜੀ ਹੈ ਕੈਬਨਿਟ ਦੀ ਜਿਹੜੀ ਹੈ ਝੰਡੀ ਲੱਗੇਗੀ, ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਦਿਖਾਵਾਂਗੇ। ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਫੈਸਲਾ ਲਿਆ ਗਿਆ, ਇਹ ਵੀ ਜਿਹੜਾ ਚਰਚਾ ਅਸੀਂ ਬੋਲਦਾ ਪੰਜਾਬ ਦੇ ਵਿੱਚ ਕੀਤੀ ਹੈ। ਮੈਨੂੰ ਅਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ, ਧੰਨਵਾਦ।